عشق ہو مجھے زہد و کفر کا غم نہیں میرے سر میں درد نہ مل گا مجھے اب تلاش حرم نہیں
आज का शो सावल देख जरा।
ਬਾਕੀ ਸਾਰੇ ਦੋਸਤਾਂ ਦੀ ਫਰਮਾਇਸ਼ ਸਰਕਾਰ ਹੌਸ ਬਾਦ ਦੀ ਕਰਾਮਤ ਪੇਸ਼ ਕਰਦਾ ਹਿੰਦੂਆਂ ਨੇ ਕਰਕੇ ਬੱਚੀ ਪੈਦਾ ਹੋ ਗਈ ਉਹਦੀ ਜ਼ਬਾਨ ਤੇ ਮਿਲਦੀ ਆ ਵੀਰਾ ਯਾ ਲੋਸ ਉਹਨਾਂ ਨੇ ਕਿਹਾ ਜਦੋਂ ਵੱਡੀ ਹੋਈ ਸਮਝਾਵਾਂ ਕਿ ਲੜਕੀ ਜਵਾਨ ਹੋ ਗਈ ਉਹਨਾਂ ਨੇ ਸਮਝਾਉਣਾ ਸ਼ੁਰੂ ਕਰਤਾ ਬੇਟਾ ਸਾਡੇ ਮਜ਼ਹਬ ਚ ਮੀਰਾ ਮੀਰਾ ਨਹੀਂ ਰਾਮ ਰਾਮ ਲੇਕਿਨ ਲੜਕੀ ਨਾ ਸਮਝੀ ਉਹਨਾਂ ਨੇ ਕੱਟ ਕਰਕੇ ਸੋਚਿਆ ਅਗਰ ਲੜਕੀ ਨੂੰ ਮਾਰਾਂਗੇ ਸ਼ਰੀਕੇ ਚ ਬੈਠੇ ਆ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਹੋਣਗੀਆਂ ਦੀ ਸ਼ਾਦੀ ਕਰ ਦਿਓ ਅਗਲੇ ਘਰ ਜਾਏਗੀ ਆਪੇ ਠੀਕ ਹੋ ਜਾਏਗੀ ਉਹਦੀ ਸ਼ਾਦੀ ਕਰਨੀ ਸੀ ਅਗਲੇ ਘਰ ਜਾ ਕੇ ਉਹਦੀ ਜ਼ਬਾਨ ਤੇ ਮਿਲਦੀ ਆ ਵੀ ਨਾ ਯਾਗਾ ਉਸ ਉਹਦੇ ਬੰਦੇ ਨੇ ਸਮਝਾਉਣਾ ਸ਼ੁਰੂ ਕਰਤਾ ਲੜਕੀ ਨਾ ਮੁੜੀ ਤੇ ਲਾਕਰ ਉਹਦੇ ਬੰਦੇ ਨੇ ਸੋਚਿਆ ਨੂੰ ਸਮਝਾਉਣ ਦਾ ਇੱਕ ਤਰੀਕਾ ਰਹਿ ਗਿਆ ਉਹਨੇ ਕਿਹਾ ਬੜਾ ਗੌਸ ਗੌਸ ਕਰਦੀ ਹੈ ਆਪਣੇ ਗੌਸ ਨੂੰ ਕਹਿ ਮੈਨੂੰ ਇੱਕ ਪੁੱਤਰ ਅਦਾ ਕਰ ਦੋ ਜੇ ਤੇਰਾ ਪੀਰ ਸੱਚਾ ਪੀਰ ਹੈ ਲੜਕੀ ਦੇਖਾ ਜਾਸੂ ਆ ਗਏ ਉਹਨੇ ਕਿਹਾ ਮਲਿਆ ਮੇਰਾ ਪੀਰ ਪੀਰਾਂ ਦਾ ਪੀਰ ਸ਼ਾਹ ਅਬਦੁਲ ਕਾਦਰ ਜਲਾਨੀ ਮਹਿਬੂਬੇ ਸੁਬਾਨੀ ਕੁਤਬੇ ਰਬਾਨੀ ਸੱਚਾ ਪੀਰ ਹੈ ਉਹਨੇ ਆਪਣਾ ਵਾਅਦਾ ਪੂਰਾ ਕਰ ਦੇਣਾ ਫਿਰ ਤੂੰ ਵੀ ਮੇਰੇ ਨਾਲ ਗਵਾਦਾ ਕਰ ਐਸ ਨਦੀ ਤੋਂ ਬਾਅਦ ਸਰਕਾਰ ਗੌਸ ਬਾਗ ਦੇ ਮਲੰਗ ਦਾ ਡੇਰਾ ਪੀਰ ਨਜ਼ਰ ਹੁਸੈਨ ਦਾ ਡੇਰਾ ਪੀਰ ਨਾਸਰ ਸ਼ਾਹ ਦਾ ਡੇਰਾ ਫਿਰ ਤੈਨੂੰ ਉੱਥੇ ਸਲਾਮ ਕਰਾਉਣ ਲੈ ਚਲੇਗਾ ਉਹਨੇ ਕਿਹਾ ਲੈ ਚੱਲਾਂਗਾ ਲੜਕੀ ਨੇ ਚਾਹੇ ਨਮਾਜ਼ ਪਛਾਇਆ ਭੁਗਤਾਨ ਵੱਲ ਮੂੰਹ ਕਰਕੇ ਕਹਿੰਦੀ ਭਾਵੇਂ ਪੀੜ ਮੁਰੀਦ ਨੂੰ ਛੱਡ ਤੇਰਾ ਹੋਰ ਜਾਵਾਂ ਕਿਤੇ ਇਹ ਚੁੱਕਾ ਏ ਸੈਯਦਾ ਆਦੀਆਂ ਦਾ ਲੜਕੀ ਦੀ ਦੁਆ ਕਬੂਲ ਹੋ ਗਈ ਤੇ ਕੁਝ ਸਾਲ ਤੋਂ ਬਾਅਦ ਮਾਲਕ ਨੇ ਦੋ ਪੁੱਤਰ ਅਦਾ ਕਰਤੇ ਉਹ ਕਾਫਰ ਕਹਿੰਦਾ ਇਹਦਾ ਪੀਰ ਵਾਕੇ ਸੱਚਾ ਪੀਰ ਹੈ ਲੇਕਿਨ ਅੱਗੇ ਜ਼ਮੈਸ਼ ਹੋਰ ਆ ਗਈ ਕਿਹੜੀ ਉਹ ਕਹਿੰਦੀ ਬਲਿਆ ਮੇਰੇ ਪੀਰ ਨੇ ਆਪਣਾ ਵਾਅਦਾ ਪੂਰਾ ਕਰ ਦਿੱਤਾ ਹੁਣ ਤੈਨੂੰ ਆਪਣਾ ਵਾਅਦਾ ਯਾਦ ਉਹਨੇ ਕਿਹਾ ਯਾਦ ਉਹਨੇ ਕਿਹਾ ਚੱਲ ਫਿਰ ਸਲਾਮ ਕਰ ਚਲੀਏ ਇੱਕ ਪੁੱਤਰ ਉਹਨੇ ਉਠਾਇਆ ਕੋਨੇ ਉਠਾਇਆ ਕਸ਼ਤੀ ਸਵਾਰ ਹੋ ਗਏ ਕਸ਼ਤੀ ਚੱਲ ਪਈ ਉਹਨੇ ਆਪਣੇ ਪੁੱਤਰ ਨਾਲ ਪਿਆਰ ਕਰਦਿਆਂ ਪਾਣੀ ਸੁੱਟ ਦਿੱਤਾ ਮਾਂ ਦੀ ਮਮਤਾ ਬੇਤਾਬ ਹੋਈ ਰੋਣ ਲੱਗ ਪਈ ਉਹਨੇ ਕਿਹਾ ਦੂਸਰਾ ਮੈਨੂੰ ਦੇ ਦੇ ਗਲਤੀ ਨਾ ਡਿੱਗ ਪਿਆ ਦੂਸਰੇ ਨੂੰ ਸੁੱਟ ਕੇ ਕਹਿੰਦੀ ਮੈਂ ਤੈਨੂੰ ਕਿਹਾ ਸੀ ਇੱਕ ਪੁੱਤ ਲੈਣਾ ਕਹਿੰਦਾ ਮੈਂ ਤੈਨੂੰ ਕਿਹਾ ਸੀ ਇੱਕ ਪੁੱਤ ਲੈਣਾ ਤੈਨੂੰ ਦੋ ਮਿਲੇ ਮੈਂ ਸੋਚਿਆ ਕਿ ਸ਼ਾਇਦ ਮੇਰੇ ਕਿਸੇ ਬਦਵਾਰ ਨੇ ਦਿੱਤੇ ਤੇ ਜੇ ਤੇਰੇ ਗੌਸ ਨੇ ਦਿੱਤੇ ਉਹਨੂੰ ਕਹਿੰਦਾ ਤੈਨੂੰ ਵਾਪਸ ਕਰ ਦੇਵੇ ਉਨੀ ਦੇਰ ਤੱਕ ਕਿਨਾਰਾ ਆ ਗਿਆ ਅੱਗੇ ਸਰਕਾਰ ਗੌਸ ਬਾਗ ਦਾ ਮਲੰਗ ਪੀਰ ਨਜ਼ਰ ਹੁਸੈਨ ਖੜਾ ਕਿਉਂ ਨੱਚ ਗੌਸ ਨੂੰ ਆਪਣੇ ਮਸਤਾਂ ਦੀ ਮਸਤਾਂ ਨੂੰ ਸਹਾਰਾ ਮੀਰਾ ਦਾ ਨੱਚ ਰੱਖਦੇ ਮੀਰਾ ਰੱਖਦੇ ਨਜ਼ਰ ਮਲੰਗਾ ਤੇ ਨੱਚ ਪਾਲ ਦੁਬਾਰਾ ਮੀਰਾ ਦਾ ਉਹ ਮਾਈ ਕਹਿੰਦੀ ਮਲੰਗਾ ਪਰੇਸ਼ਾਨ ਹੋ ਗਿਆ ਪੁੱਛਣ ਲੱਗਾ ਕਰਾਮਤ ਕਿਵੇਂ ਹੋਈ ਤੇ ਤਵੱਜੋ ਬੀਬੀ ਪਤਾ ਕੀ ਕਹਿੰਦੀ ਗੌਸ ਦੇ